ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲੇਰ ਵਿਖੇ। ਇਸ ਘਰ ਦੇ ਹਾਲਾਤ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆਉਣਗੇ। ਇਸ ਮਾਤਾ ਦੇ ਨਾਲ ਜੋ ਵਾਪਰਿਆ, ਕਿਸ ਤਰ੍ਹਾਂ ਸਿਰ ਦਾ ਸਾਈ ਜਾਣ ਤੋਂ ਬਾਅਦ 6 ਬੱਚਿਆਂ ਦੀ ਮਾਂ ਅਤੇ ਉਹਨਾਂ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਇਸ ਮਾਂ 'ਤੇ ਆਉਂਦੀ ਹੈ। ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਪਤੀ ਦੇ ਜਾਣ ਤੋਂ ਬਾਅਦ, ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿ ਸਿਰ ਦੇ ਉੱਤੇ ਛੱਤ ਜਿਹੜੀ ਹੈ, ਛੱਤ ਵੀ ਕੱਚੀ ਹੈ ਅਤੇ ਤਰਪਾਲ ਪਾ ਕੇ ਗੁਜ਼ਾਰਾ ਕਰ ਰਹੇ ਹਨ। ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਇਹ ਸਾਰਾ ਪਾਣੀ ਅੰਦਰ ਆਉਣ ਲੱਗ ਜਾਂਦਾ ਹੈ। ਜਵਾਨ ਬੱਚੀਆਂ ਦੇ ਨਾਲ ਕਿਸ ਤਰ੍ਹਾਂ ਇਹ ਮਾਂ ਇਸ ਛੋਟੇ ਜਿਹੇ ਕਮਰੇ ਦੇ ਵਿੱਚ ਗੁਜ਼ਾਰਾ ਕਰਦੀ ਹੈ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਇੱਕ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਪਿੰਡ ਕਲੇਰ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਅਤੇ ਮਾਤਾ ਜੀ ਨੇ ਹਰਜੀਤ ਕੌਰ ਜੀ। ਤਕਰੀਬਨ ਕਾਫੀ ਟਾਈਮ ਤੋਂ ਸਾਡੇ ਸਤਿਕਾਰਯੋਗ ਜੀ ਨੇ ਭਾਈ ਜਸਵੰਤ ਸਿੰਘ ਜੀ, ਇਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਇਹ ਮਾਤਾ ਹਰਜੀਤ ਕੌਰ ਨੇ, ਇਹਨਾਂ ਦੇ ਹਸਬੈਂਡ ਦੀ ਡੈਥ ਹੋਈ ਨੂੰ ਘੱਟ ਤੋਂ ਘੱਟ 10-12 ਸਾਲ ਹੋ ਚੁੱਕੇ ਆ, ਅਤੇ 6 ਬੱਚੀਆਂ, 6 ਬੱਚੀਆਂ ਦਾ ਇਹ ਮਾਤਾ ਜੀ ਨੇ ਇਕੱਲੇ ਹੀ ਮਿਹਨਤ ਮਜ਼ਦੂਰੀ ਕਰਕੇ 3 ਬੱਚੀਆਂ ਦਾ ਵਿਆਹ ਕੀਤਾ ਆ, ਅਤੇ 3 ਬੱਚੀਆਂ ਅਜੇ ਵਿਆਹੁਣ ਵਾਲੀਆਂ। ਅਤੇ ਘਰ ਦਾ ਸਿਸਟਮ ਤੁਹਾਨੂੰ ਅਸੀਂ ਸਾਰਾ ਵੀਡੀਓ ਦੇ ਵਿੱਚ ਦਿਖਾ ਦਿੱਤਾ ਆ ਕਿ ਉੱਪਰ ਤਰਪਾਲ ਪਈ ਹੋਈ ਆ, ਇੱਥੋਂ ਤੱਕ ਕਿ ਬਾਲਿਆਂ ਦੇ ਉੱਪਰ ਜਿਹੜਾ ਉਹ ਸੀਮਿੰਟ ਵੀ ਨਹੀਂ ਅਜੇ ਤੱਕ ਪਾਇਆ, ਅਤੇ ਜਦੋਂ ਵੀ ਬਾਰਿਸ਼ ਹੁੰਦੀ ਹੈ ਠੰਡ ਦੇ ਵਿੱਚ ਅਤੇ ਪਾਣੀ ਅੰਦਰੋਂ ਚੋਂਦਾ, ਅਤੇ ਘਰ ਦੇ ਹਾਲਾਤ ਜਿਹੜੇ ਉਹ ਬਹੁਤ ਜ਼ਿਆਦਾ ਨਾਜ਼ੁਕ ਆ। ਸੋ ਇਸ ਕਰਕੇ ਅੱਜ ਇਹ ਵੀਡੀਓ ਪਾਉਣ ਦਾ ਇੱਕੋ ਇੱਕ ਮਕਸਦ ਆ ਕਿ ਆਪਾਂ ਹੁਣ ਗੁਰਪੁਰਬ ਬਹੁਤ ਜ਼ਿਆਦਾ ਚੱਲ ਰਹੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਆ, ਪਿੱਛੇ ਅਸੀਂ ਮਨਾ ਕੇ ਹਟੇ ਹਾਂ, ਚਲੋ ਉਹ ਸਾਰੇ ਕੰਮ ਸਾਨੂੰ ਕਰਨੇ ਚਾਹੀਦੇ ਆ ਵੱਧ ਚੜ੍ਹ ਕੇ, ਪਰ ਪਿੰਡ ਵਾਲਿਆਂ ਨੂੰ ਸਾਨੂੰ ਜਿੱਥੇ ਅਸੀਂ ਪਿੰਡ 'ਚ ਗੁਰਦੁਆਰਾ ਸਾਹਿਬ ਬਣਾਇਆ ਇੱਕ, ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਫਲਸਫਾ ਸੀਗਾ ਉਹਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਗਰੀਬ ਦੀ ਧੀ ਵਿਆਹੁਣ ਵਾਲੀ ਆ ਅਤੇ ਉਹਦੇ ਵੱਲ ਧਿਆਨ ਦਿੱਤਾ ਜਾਵੇ, ਕਿਸੇ ਦਾ ਕੋਈ ਘਰ ਬਣਨ ਵਾਲਾ ਆ ਗਰੀਬ ਦਾ ਅਤੇ ਉਹਦੇ 'ਚ ਉਹਦੀ ਹੈਲਪ ਕੀਤੀ ਜਾਵੇ। ਸੋ ਇਹਨਾਂ ਨੂੰ ਰਾਸ਼ਨ ਪਾਣੀ ਦੀ ਅਜੇ ਕੋਈ ਪ੍ਰੋਬਲਮ ਨਹੀਂ ਆ, ਉਹ ਮਿਲ ਰਿਹਾ ਵਾ, ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਜਿਹੜਾ ਰਸੋਈ ਦਾ ਖਰਚਾ ਉਹ ਚਲਾ ਰਹੇ ਨੇ, ਪਰ ਇੰਨੀ ਸਮਰੱਥਾ ਨਹੀਂ ਹੈਗੀ ਕਿ ਆਪਣੇ ਘਰ ਦਾ ਇੱਕ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਵੱਡਾ ਇਹਨਾਂ ਦਾ ਮਕਾਨ ਬਣਾਇਆ ਜਾਵੇ, ਪੱਕਾ ਜਿਸ ਤਰ੍ਹਾਂ ਵੀ ਹੈ, ਜਿਹੜਾ ਮਕਾਨ ਬਣਿਆ ਇਹਦੇ ਉੱਤੇ ਇੱਕ ਲੈਂਟਰ ਪੈ ਜਾਵੇ, ਅਤੇ ਬੱਚੀਆਂ ਜਵਾਨ ਨੇ ਅਤੇ ਬਾਹਰ ਲੈਟਰਿਨ ਬਾਥਰੂਮ ਜਾਣ ਦੀ ਵੀ ਬੜੀ ਵੱਡੀ ਦਿੱਕਤ ਆ, ਅਤੇ ਇਹਨਾਂ ਦਾ ਜਿਹੜਾ ਬਾਥਰੂਮ ਵੀ ਤਾਂ ਨਹੀਂ ਹੈਗਾ ਨਾ ਫਲੈਸ਼ ਆ, ਅਤੇ ਇਹ ਸਾਡੇ ਭਾਈ ਜਸਵੰਤ ਸਿੰਘ ਨੇ, ਲਾਗੇ ਪਿੰਡ ਆ ਇਹਨਾਂ ਦਾ, ਇਹਨਾਂ ਨੇ ਵੀ ਸੇਵਾ ਜਿਹੜੀ ਉਹ ਕੀਤੀ, ਤੁਸੀਂ ਦੇਖ ਸਕਦੇ ਹੋ ਚਾਰ ਦੀਵਾਰੀ ਜਿਹੜੀ ਆ ਉਹ ਕਰ ਦਿੱਤੀ ਸੀ ਪੱਕੀ ਕਿ ਬੇਟੀਆਂ ਜਵਾਨ ਆ। ਸੋ ਮੇਨ ਹੁਣ ਇਹਨਾਂ ਦਾ ਇਹ ਕੰਮ ਆ ਕਿ ਇਹਨਾਂ ਦੀ ਲੈਂਟਰ ਜਿਹੜਾ ਉਹ ਛੱਤ 'ਤੇ ਪੈ ਜਾਵੇ ਅਤੇ ਇੱਕ ਲੈਟਰਿਨ ਬਾਥਰੂਮ ਜਿਹੜਾ ਬਣ ਜਾਵੇ। ਸੋ ਜਿਹੜੇ ਵੀ ਦਾਨੀ ਸੱਜਣ ਕੋਈ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਹੋਇਓ, ਥੱਲੇ ਵੀਡੀਓ 'ਤੇ ਨੰਬਰ ਚੱਲ ਰਿਹਾ, ਸਾਨੂੰ ਕਾਲ ਕਰਕੇ ਇਹਨਾਂ ਨਾਲ ਆਪਾਂ ਤੁਹਾਨੂੰ ਮਿਲਾ ਦਾਂਗੇ। ਸੋ ਉਹ ਸੇਵਾ ਦਿੱਤਾ ਸੀਗਾ, ਅਸੀਂ ਉੱਧਰ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਿਹੜਾ ਘਰ ਬਾਰ ਆ ਜੋ ਵੀ ਸਾਡੇ ਕੋਲ ਬਣਦਾ ਹੈ ਉਹ ਆਪਾਂ ਕਰ ਸਕੀਏ, ਪਰ ਜੇ ਕੋਈ ਦਾਨੀ ਸੱਜਣ ਬਾਹਰ ਬੈਠਾ ਫੋਰਨ ਕੰਟਰੀਆਂ ਦੇ ਵਿੱਚ ਇਹ ਥੋੜ੍ਹੀ ਜਿਹੀ ਸੇਵਾ ਭੇਜ ਕੇ ਇਹਨਾਂ ਦੀ ਮਦਦ ਕਰ ਸਕਦਾ ਹੈ ਉਹ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ। ਸੋ ਇਹਦੇ ਨਾਲ ਤੁਹਾਨੂੰ ਜਿਹੜੀਆਂ ਉਹ ਦੁਆਵਾਂ ਮਿਲਣਗੀਆਂ, ਕਿਉਂਕਿ ਨੇਕ ਕੰਮ ਜਿਹੜਾ ਜ਼ਰੂਰ ਕਰਨਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।